ਤੁਹਾਡੇ ਕੋਲ ਏਕ ਆਏ ਏਕ ਦੇ ਅੱਗੇ ਜਿੰਨੇ ਵੀ ਅਕਸ਼ਰ ਹੋਰ ਲਾਓਗੇ ਉਸਦੀ ਗੁਣਾ ਵੱਧਦੀ ਜਾਏਗੀ ਦਸ ਦਸ ਗੁਣਾ ਇੱਕ ਦੇ ਅੱਗੇ ਅਕਸ਼ਰ ਲੱਗ ਗਿਆ ਦਸ ਗੁਣਾ ਹੋ ਗਿਆ ਦਸ ਦੇ ਅੱਗੇ ਇੱਕ ਅਕਸ਼ਰ ਹੋਰ ਲੱਗ ਗਿਆ ਜੀਰੋ ਸੌ ਹੋ ਗਿਆ ਸੌ ਦੇ ਅੱਗੇ ਹੋਰ ਲੱਗ ਗਿਆ ਹਜ਼ਾਰ ਹੋ ਗਿਆ ਦਸ ਹਜ਼ਾਰ ਹੋ ਗਿਆ ਲੱਖ ਹੋ ਗਿਆ ਪਹਿਲੋਂ ਇੱਕ ਫਿਰ ਦਸ ਫਿਰ ਸੌ ਫਿਰ ਹਜ਼ਾਰ ਫਿਰ ਦਸ ਹਜ਼ਾਰ ਲੱਖ ਬਣ ਗਿਆ ਇੱਕ ਦੇ ਨਾਲ ਲੱਖ ਬਣ ਗਿਆ ਦਸ ਗੁਣਾ ਵੱਧ ਹੈ ਜਿਸ ਸਮੇਂ ਤੁਸੀਂ ਇਸ਼ਨਾਨ ਕਰਦੇ ਹੋ ਤਾਂ ਦਸ ਗੁਣਾ ਫਲ ਵੱਧ ਜਾਂਦਾ ਹੈ ਇੱਕ ਦਾ ਦਸ ਬਣ ਜਾਂਦਾ ਹੈ ਇੱਕ ਪਾਠ ਕਰਨਾ ਸਿਰਫ ਇੱਕ ਮਤਲਬ ਇੱਕ ਪਾਠ ਕਰਨਾ ਇਸ਼ਨਾਨ ਕਰ ਲਿਆ ਤਾਂ ਦਸ ਗੁਣਾ ਪਾਠ ਦਾ ਫਲ ਮਿਲ ਗਿਆ ਵੱਧ ਗਿਆ ਜੇ ਗੁਰੂ ਦਾ ਧਿਆਨ ਧਰ ਲਿਆ ਤਾਂ ਫਿਰ ਸੌ ਗੁਣਾ ਫਲ ਹੋ ਗਿਆ ਗੁਰੂ ਦਾ ਧਿਆਨ ਧਰਿਆ ਤਾਂ ਸੌ ਇੱਕ ਗੁਰੂ ਦਾ ਮੰਤਰ ਦਸ ਇਸ਼ਨਾਨ ਕਰਕੇ ਅਤੇ ਸੌ ਗੁਰੂ ਦਾ ਧਿਆਨ ਧਰ ਕੇ ਇੱਕ ਪਾਠ ਨੂੰ ਤੁਸੀਂ ਸੌ ਦੇ ਵਿੱਚ ਬਦਲਤਾ ਅਤੇ ਜੇ ਉਸ ਗੁਰੂ ਨੂੰ ਪਰਮਾਤਮਾ ਪਰਮੇਸ਼ਰ ਸਮਝੋ ਤਾਂ ਹਜ਼ਾਰ ਗੁਣਾ ਫਲੇ ਜੇ ਗੁਰੂ ਦੇ ਚਿੰਨ ਹਿਰਦੇ 'ਚ ਧਾਰਨ ਕਰ ਲਓ ਤਾਂ ਉਸਦਾ ਲੱਖਾਂ ਗੁਣਾ ਫਲੇ ਇਸ ਕਰਕੇ ਪਾਠ ਦਾ ਇੱਕੋ ਹੀ ਫਲ ਮਿਲਦਾ ਹੈ ਜੇ ਇਸ਼ਨਾਨ ਕਰਕੇ ਆਓਗੇ ਤਾਂ ਦਸ ਫਲ ਮਿਲਣਗੇ ਜੇ ਧਿਆਨ ਧਰੋਗੇ ਗੁਰੂ ਦਾ ਦਰਸ਼ਨ ਕਰੋਗੇ ਗੁਰੂ ਦੇ ਤਾਂ ਹੋਰ ਫਲ ਵੱਧ ਜਾਏਗਾ ਜੇ ਸੰਗਤ ਵਿੱਚ ਬਹਿ ਕੇ ਬੈਠ ਕਰੋਗੇ ਸੰਗਤ ਨਾਲ ਮਿਲ ਕੇ ਤਾਂ ਹੋਰ ਜ਼ਿਆਦਾ ਫਲ ਹੋ ਜਾਂਦਾ ਹੈ ਸਾਧ ਸੰਗਤ ਮਿਲ ਕੀਨੋ ਦਾਨ ਸ਼ਰਨ ਪਰ ਜਿੰਨੀ ਨਿਮਰਤਾ ਹੈ ਤੁਹਾਡੇ ਅੰਦਰ ਪਿਆਰ ਭਾਵਨਾ ਹੈ ਜਿੰਨਾ ਸ਼ਰਧਾ ਹੈ ਓਨਾ ਹੀ ਉਸ ਵਿੱਚ ਰਸ ਪੈਦਾ ਹੋ ਜਾਂਦਾ ਰਸ ਪੈਦਾ ਹੋ ਜਾਂਦਾ ਇਸ ਕਰਕੇ ਭਾਈ ਗੁਰੂ ਘਰ ਦੀ ਮਰਿਆਦਾ ਇਸ਼ਨਾਨ ਕਰਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਪਾਠ ਕਰਨ ਵਾਸਤੇ ਹਾਜ਼ਰ ਹੋਣਾ ਹੈ ਇਸ਼ਨਾਨ ਦਾ ਇਹ ਆ ਕਿ ਹਰ ਰੋਜ਼ ਇਸ਼ਨਾਨ ਜ਼ਰੂਰੀ ਹੈ ਆਖੋ ਸ੍ਰੀ ਵਾਹਿਗੁਰੂ ਅੰਮ੍ਰਿਤ ਵੇਲੇ ਇਸ਼ਨਾਨ ਜ਼ਰੂਰੀ ਹੈ ਸੁਸਤੀ ਦਲਿੱਦਰ ਬਿਮਾਰੀਆਂ ਸਭ ਪਾਸੇ ਹਟਦੀਆਂ ਪਾਣੀ ਪਿਤਾ ਹੈ ਪੌਣ ਗੁਰੂ ਹੈ ਦਿਨ ਰਾਤ ਦਾਈ ਦਾਇਆ ਹੈ ਇਹਦੇ ਵਿੱਚ ਸੰਸਾਰ ਸਾਰਾ ਖੇਡਦਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਮ ਦਿਵਸ ਰਾਤ ਪੌਣ ਗੁਰੂ ਹੈ ਪਾਣੀ ਪਿਤਾ ਹੈ ਮਾਂ ਜਿਹੜੀ ਉਹ ਧਰਤੀ ਜਿਸ 'ਤੇ ਬਹਿ ਕੇ ਪਾਠ ਕਰਨਾ ਮਾਂ ਦੀ ਗੋਦ ਦੇ ਵਿੱਚ ਦਿਵਸ ਰਾਤ ਦੋਏ ਦਾਈ ਦਾਇਆ ਇਹ ਬੱਚੇ ਨੂੰ ਜਨਮ ਦੇਣ ਵਾਲੇ ਪਾਲਣ ਵਾਲੇ ਦਾਈ ਦਾਇਆ ਦਾਈ ਬੱਚੇ ਡਾਕਟਰ ਹੋ ਲਈ ਕੁਝ ਹੋਵੇ ਕੋਈ ਸਹਾਇਕ ਬਣ ਜੇ ਬੱਚੇ ਨੂੰ ਨਾਲ ਜਨਮ ਦੇਣ ਵੇਲੇ ਉਸਨੂੰ ਦਾਈ ਕਹਿੰਦੇ ਆ ਦਾਇਆ ਜਿਹੜਾ ਉਸਦਾ ਖਿਲਾਵਾ ਬੱਚੇ ਨੂੰ ਚੱਕਣ ਵਾਲਾ ਪਾਲਣ ਪੋਸਣ ਵਾਲਾ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਚੰਗੇ ਅਤੇ ਬੁਰਿਆਂ ਗੁਣਾਂ ਨੂੰ ਧਰਮ ਰਾਜਾ ਵਿਚਾਰ ਰਿਹਾ ਤੇਰਿਆਂ ਨੂੰ ਇਹ ਨਾ ਸਮਝੀ ਕਿ ਉਹਦੀ ਡਿਊਟੀ ਹੈ ਚੰਗੇ ਗੁਣਾਂ ਨੂੰ ਧਰਮ ਰਾਜ ਨੇ ਵਿਚਾਰ ਕਰਨੀ ਹੈ ਤੇਰੀ ਹਰ ਚੰਗੇ ਮਾੜਿਆਂ ਦੀ ਵਿਚਾਰ ਪਹੁੰਚ ਰਹੀ ਹੈ ਉਹਦੇ ਵਾਸਤੇ ਤੇਰਾ ਫਲ ਤਿਆਰ ਹੋ ਰਿਹਾ ਬਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਆਪਦੇ ਹੀ ਕਰਮ ਆਪੋ ਆਪਣੇ ਆ ਕਿਸੇ ਦੇ ਜ਼ਿਆਦਾ ਹੈ ਕਿਸੇ ਦੇ ਬਹੁਤ ਆ ਕਿਸੇ ਦੇ ਨੇੜੇ ਆ ਕਿਸੇ ਦੇ ਦੂਰ ਹੈ ਕਹਿ ਨੇੜੇ ਕੇ ਦੂਰ ਪਰ ਜਿਨ੍ਹਾਂ ਨੇ ਨਾਮ ਧਿਆਇਆ ਹੈ ਮਿਹਨਤਾਂ ਕੀਤੀਆਂ ਉਹ ਆਪ ਵੀ ਮੁਕਤ ਨੇ ਉਹਨਾਂ ਪਿੱਛੇ ਹੋਰ ਵੀ ਬੜੇ ਲੋਕ ਮੁਕਤ ਹੋ ਜਾਂਦੇ ਆ।